ਹੈਲੋ ਫਰੈਂਡਸ ਪੰਜਾਬੀ ਸਿਨੇਮਾ ਵਿੱਚ ਰੋਜ਼ ਨਵੀਂ ਮੂਵੀਆ ਬਣਦੀਆਂ ਨੇ ਤੇ ਜ਼ਿਆਦਾਤਰ ਮੂਵੀ ਕਾਮੇਡੀ ਹੀ ਹੁੰਦੀ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵੀਂ ਮੂਵੀ ਦੀ ਹਰ ਵੇਲੇ ਸਟੋਰੀ ਪੰਜ ਲਾਈਨ ਤੇ ਕਾਮੇਡੀ ਦੀ ਅਪਗ੍ਰੇਡੇਸ਼ਨ ਹੁੰਦੀ ਰਹਿੰਦੀ ਹੈ ਇਸੇ ਕੜੀ ਵਿੱਚ ਇੱਕ ਹੋਰ ਮੂਵੀ ਜੁੜ ਗਈ ਹੈ ਪਰੋਨਾ 2 ਜਿਹੜੀ ਕਿ 2018 ਵਿੱਚ ਆਈ ਪਰ ਉਹਨਾਂ ਦੀ ਇੱਕ ਅਗਲੀ ਕੜੀ ਹੈ ਇਸ ਦੀ ਸਟੋਰੀ ਵਿੱਚ ਬਿੰਦਰ ਯਾਨੀ ਰਣਜੀਤ ਬਾਵਾ ਤੇ ਉਸ ਦੀ ਮੰਗੇਤਰ ਯਾਨੀ ਅਦਿਤੀ ਸ਼ਰਮਾਏ ਪਰ ਬਿੰਦਰ ਕੈਥਰੀਨ ਯਾਨੀ ਫੇਥ ਟ੍ਰੇਬੇ 올ਡ ਏਜ ਊਮਨ ਦੇ ਨਾਲ ਵਿਆਹ ਕਰਾ ਲੈਂਦੇ ਨੇ ਇਸ ਲਾਲਚ ਵਿੱਚ ਕਿ ਉਸ ਦੀ ਸਾਰੀ ਪ੍ਰਾਪਰਟੀ ਬਿੰਦਰ ਦੀ ਹੋ ਜਾਊ ਪਰ ਫਿਰ ਇੱਕ ਦਿਨ ਕੈਥਰੀਨ ਦਾ ਪਹਿਲਾ ਪਤੀ ਦਿਲਬਾਰਾ ਯਾਨੀ ਗੁਰਪ੍ਰੀਤ ਗੁਕੀ ਵੀ ਆ ਜਾਂਦਾ ਹੈ ਤੇ ਫਿਰ ਦੋਨੋਂ ਕੈਥਰੀਨ ਦੇ ਨਾਲ ਰਹਿਣ ਦਾ ਫੈਸਲਾ ਕਰਦੇ ਨੇ ਉਸ ਦਾ ਖਿਆਲ ਰੱਖਦੇ ਨੇ ਤਾਂ ਕਿ ਉਸ ਦੀ ਪ੍ਰਾਪਰਟੀ ਉਨ੍ਹਾਂ ਦੀ ਹੋ ਜਾਵੇ ਇਸ ਪੂਰੀ ਸਟੋਰੀ ਵਿੱਚ ਜੋ ਕਮੇਡੀ ਕ੍ਰੀਏਟ ਹੁੰਦੀ ਹੈ ਤੇ ਨਾਲੇ ਕੌਣ ਕਿਸ ਦੇ ਨਾਲ ਵਿਆਹ ਅੱਗੇ ਜਾ ਕੇ ਵਿਆਹ ਕਰਾਂਦਾ ਹੈ ਇਹ ਜਾਣਨ ਲਈ ਤੁਹਾਨੂੰ ਇਹ ਮੂਵੀ ਦੇਖਣੀ ਪਊ। ਮੂਵੀ ਦੇ ਰਾਈਟਰ ਧੀਰਜ ਜਤਨ ਨੇ ਤੇ ਉਹਨਾਂ ਨੇ ਸਟੋਰੀ ਚੰਗੀ ਲਿਖੀ ਹੈ ਤੇ ਡਾਇਰੈਕਟਰ ਸ਼ਿਤੀਸ਼ ਚੌਧਰੀ ਨੇ ਵੀ ਵਧੀਆ ਕੰਮ ਤਰੀਕੇ ਨਾਲ ਸਟੋਰੀ ਨੂੰ ਐਗਜ਼ੀਕਿਊਟ ਕੀਤਾ ਹੈ। ਮੂਵੀ ਤੇ ਡਾਇਲੌਗ ਚੰਚਲ ਡਾਬਰ ਦੇ ਨੇ ਤੇ ਪੰਜ ਲਾਈਨਾਂ ਤੇ ਡਾਇਲੌਗ ਮਜ਼ੇਦਾਨ ਨੇ। ਮੂਵੀ ਦਾ 뮤직 ਦੇਸੀ ਕ੍ਰੂ ਜੱਗੀ ਸਿੰਘ ਤੇ ਡਾਊਟ ਬਿਟਸ ਦਾ ਹੈ ਤੇ ਉਹ ਮੂਵੀ ਨੂੰ ਇੱਕ ਗ੍ਰੇਡ ਉੱਪਰ ਵਧਾ ਦਿੰਦਾ ਹੈ ਤੇ ਇੱਕ ਹਰਿਆਣਵੀ ਟਰੈਕ ਬਹੁਤ ਵਧੀਆ ਹੈ ਕੇਵਿਨ ਰਾਏ ਦਾ ਬੈਕਗ੍ਰਾਉਂਡ ਸਕੋਰ ਵੀ ਚੰਗਾ ਹੈ ਮੂਵੀ ਦੀ ਸਿਨੈਮਟੋਗ੍ਰਾਫੀ ਅਜੈ ਬਿੰਸੇਦਦੀ ਤੇ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਹੈ ਵਿਨੇ ਪਾਲ ਤੇ ਗਗਨ ਦੀ ਐਡੀਟਿੰਗ ਵੀ ਚੰਗੀ ਹੈ ਮੂਵੀ ਵਿੱਚ ਨਤਾਸ਼ਾ ਦੇ ਕਸਟਿਮ ਵੱਡੇ ਵਧਿਆ ਨੇ ਮੂਵੀ ਦੇ ਕਿਰਦਾਰ ਬਿੰਦਰ ਨੂੰ ਰஞ்சிਤ ਬਾਵਾ ਨੇ ਆਪਣੇ ਐਕਸਪ੍ਰੈਸ਼ਨ ਤੇ ਐਕਟਿੰਗ ਦੇ ਨਾਲ ਚੰਗਾ ਸਜਾਇਆ ਤੇ ਪੂਰੀ ਮੂਵੀ ਵਿੱਚ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਨੂੰ ਕਿਤੇ ਵੀ ਘਟ ਨਹੀਂ ਆਉਣ ਦਿੱਤਾ ਹਰਜੋਤ ਦੇ ਰੂਪ ਵਿੱਚ ਅਦਿਤੀ ਸ਼ਰਮਾ ਸ਼ੁਰੂ ਵਿੱਚ ਇੱਕ ਚੰਗੀ ਰੋਲ ਪਰ ਇਹੋ ਲੱਗਦਾ ਜਿਵੇਂ ਬਸ ਨਾਮ ਲਈ ਉਹਨਾਂ ਨੂੰ ਮੇਨ ਐਕਟਰਸ ਵਿੱਚ ਸ਼ਾਮਿਲ ਕੀਤਾ ਗਿਆ ਹੋਵੇ ਪਰ ਉਹ ਐਕਟਿੰਗ ਠੀਕ ਕਰ ਨਹੀਂ ਸਭ ਤੋਂ ਚੰਗੇ ਦਿਲਬਰਾਂ ਯਾਨੀ ਗੁਰਪ੍ਰੀਤ ਗੁੱਗੀ ਜਿਨ੍ਹਾਂ ਦੀ ਕਾਮੇਡੀ ਟਾਈਮਿੰਗ ਪ पंच लाइनਾਂ ਤੇ ਮੂਵੀ ਨੂੰ ਨਿਖਾਰ ਦਿੱਤਾ ਤੇ ਜਦੋਂ ਉਹ ਸਕਰੀਨ ਤੇ ਆਉਂਦੇ ਤੁਸੀਂ ਹਾਸ ਹਾਸ ਕੇ ਲੋਟਪੋਟ ਹੋ ਜਾਂਦੇ ਹੋ ਵੈਰੀ ਗੁੱਡ ਐਕਟਰ ਬਿੰਦਰ ਤੇ ਦੋਸਤ ਅਜੈ ਹੁੱਡਾ ਐਜ਼ ਵੀਰੂ ਨੇ ਆਪਣਾ ਦੇਸੀ ਰੋਲ ਤੇ ਹਰਵੈਣੀ ਵੀ ਲੈਂਗੁਏਜ ਦੇ ਨਾਲ ਚੰਗਾ ਮਾਹੌਲ ਬਣਾਇਆ ਤਾਸ਼ਾ ਐ ਤੇ ਜੋਇਆ ਦਾ ਕੰਮ ਵੀ ਵਧੀਆ ਹੈ ਪ੍ਰਭਾ ਗਰੇਵਾਲ ਤੇ ਨੇ ਵੀ ਚੰਗੀ ਕੰਮ ਕੀਤਾ ਹੈ ਮਲਕੀ ਤਰੋਨੀ ਟਿੰਡੇ ਕੌਰ ਤੇ ਬਾਕੀ ਸਾਰੇ ਕਲਾਕਾਰ ਨੇ ਵਧੀਆ ਕੰਮ ਕੀਤਾ ਹੈ ਫੇਥ ਕਿੱਤੇ ਬ੍ਰੇ ਐਸ ਕੈਥਰੀਨ ਦਾ ਕਮ ਬੌਂ ਵਧੀਆਏ ਤੇ ਉਸ ਨੇ ਮੂਵੀ ਨੂੰ ਇੱਕ ਅਲੱਗ ਲੈਵਲ ਤੇ ਉੱਪਰ ਉਠਾ ਦਿੱਤਾ ਤੇ ਕੁਲ ਮਿਲਾ ਕੇ ਫੈਮਿਲੀ ਦੇ ਨਾਲ ਇਸ ਵੀਕਐਂਡ ਤੁਸੀਂ ਇਸ ਕਾਮੇਡੀ ਐਂਟਰਟੇਨਿੰਗ ਤੇ ਚੰਗੇ ਕਲਾਕਾਰਾਂ ਦੋ ਸੱਚੀ ਮੂਵੀ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਪਰਨਾ ਤੁ